ਗਰਮੀਆਂ ਐਕਚੁਅਲੀ ਪਸੀਨੇ ਛੁਟਾ ਰਹੀਆਂ ਨੇ ਔਰ ਚੁਣਾਵੀ ਸਰਗਰਮੀ ਵੀ ਤੁਹਾਨੂੰ ਪਤਾ ਬਹੁਤ ਵੱਧ ਗਈ ਹੈ ਔਰ ਹਰ ਤਰ੍ਹਾਂ ਦੀ ਗਰਮੀ ਜਿਹੜੀ ਹੈ ਉਹ ਪਾਰਾ ਜਿਹੜਾ ਹੈ ਉਹ ਹੁਣ ਵਧਿਆ ਹੋਇਆ ਹੈ। ਐਤਕੀ IMD ਨੇ ਕਾਫੀ ਜ਼ਿਆਦਾ ਜਿਹੜੀਆਂ ਨੇ ਵਾਰਨਿੰਗ ਦਿੱਤੀਆਂ ਨੇ, ਯੈਲੋ ਅਲਰਟ ਵੀ ਦਿੱਤੀ ਹੈ, ਹੁਣ ਵੀਕਐਂਡ ਲਈ ਰੈੱਡ ਅਲਰਟ ਵੀ ਦਿੱਤੀ ਹੈ ਅਤੇ ਪਾਰਾ ਜਿਹੜਾ ਹੈ 47 ਦੇ ਪਾਰ ਜਾ ਸਕਦਾ ਹੈ। ਬਹੁਤ ਜ਼ਿਆਦਾ ਜਿਹੜਾ ਗਰਮੀਆਂ ਦੇ ਵਿੱਚ ਹਰ ਤਰ੍ਹਾਂ ਦੀ ਬਿਮਾਰੀ, ਸਿੰਪਲ ਅੱਖਾਂ ਦੀ ਬਿਮਾਰੀਆਂ ਤੋਂ ਲੈ ਕੇ ਚਮੜੀ ਦੀ ਬਿਮਾਰੀਆਂ ਤੋਂ ਲੈ ਕੇ ਹੈਜੇ ਤੋਂ ਲੈ ਕੇ ਟੱਟੀਆਂ ਉਲਟੀਆਂ ਗੈਸਟ੍ਰੋਇੰਟਰਾਈਟਿਸ ਤੋਂ ਲੈ ਕੇ ਟਾਈਫਾਇਡ ਫੀਵਰ ਤੋਂ ਲੈ ਕੇ ਸਿੰਪਲ ਫਲੂ, ਗਲੇ ਦੇ ਜਿਹੜੇ ਜਿਹੜੇ ਫਲੂ ਦੀਆਂ ਬਿਮਾਰੀਆਂ ਨੇ ਉਹਨਾਂ ਕਰਕੇ ਗਲਾ ਖਰਾਬ, ਖਾਂਸੀ, ਬਲਗਮ, ਉਹ ਤੋਂ ਲੈ ਕੇ ਅਤੇ ਬਹੁਤ ਗੰਭੀਰ ਬਿਮਾਰੀਆਂ ਵੀ ਜਿਸ ਤਰ੍ਹਾਂ ਕਿ ਹੀਟ ਸਟ੍ਰੋਕ ਤੱਕ ਜਿਹੜੀਆਂ ਜਾਨਲੇਵਾ ਹੋ ਸਕਦੀਆਂ ਨੇ। ਜਿਹਨਾਂ ਤੁਸੀਂ ਗੱਲ ਕੀਤੀ ਸਰ ਹੀਟ ਸਟ੍ਰੋਕ ਦੀ, ਹੀਟ ਸਟ੍ਰੋਕ ਐਕਚੁਅਲੀ ਹੁੰਦਾ ਕੀ ਹੈ? ਜਿਹੜਾ ਹੀਟ ਸਟ੍ਰੋਕ ਹੈ ਉਹ ਆਪਣੀ ਬਾਡੀ ਦੇ ਅੰਦਰ ਜਿਸ ਤਰ੍ਹਾਂ ਕਿ ਇੱਕ ਥਰਮੋਸਟੈਟ ਹੁੰਦਾ, ਆਪਣੀ ਬਾਡੀ ਨੇ, ਰੱਬ ਨੇ ਆਪਣੀ ਬਾਡੀ ਬਹੁਤ ਅੱਛੇ ਕਿਸਮ ਨਾਲ ਬਣਾਈ ਹੈ, ਆਪਣੀ ਬਾਡੀ ਹਰੇਕ ਚੀਜ਼ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕਰਦੀ ਹੈ। ਜੇ ਸਰਦੀ ਹੈ ਤਾਂ ਉਸ ਹਿਸਾਬ ਨਾਲ ਐਡਜਸਟ ਕਰਦੀ ਹੈ, ਭਾਵੇਂ ਤੁਹਾਨੂੰ ਕਾਂਬਾ ਲੱਗੇ, ਭਾਵੇਂ ਤੁਹਾਨੂੰ ਉਹ ਹੀਟ ਪ੍ਰੋਡਿਊਸ ਕਰਨ ਲਈ ਉਹ ਬਾਡੀ ਦੇ ਰਿਐਕਸ਼ਨ ਨੇ। ਔਰ ਜਦੋਂ ਤੁਸੀਂ ਧੁੱਪ 'ਚ ਜਾਂਦੇ ਹੋ, ਜਦੋਂ ਤੁਸੀਂ ਸੈਰ ਕਰਦੇ ਹੋ, ਤੁਸੀਂ ਭੱਜਦੇ ਹੋ ਅਤੇ ਬਾਡੀ ਨੂੰ ਕੂਲ ਰੱਖਣ ਲਈ ਆਪਾਂ ਨੂੰ ਸਵੈਟਿੰਗ ਹੁੰਦੀ ਹੈ, ਉਹ ਹੁੰਦੀ ਹੈ, ਪਰ ਉਹ ਜਿਹੜਾ ਥਰਮੋਸਟੈਟ ਹੈ ਉਹ ਆਪਣੇ ਬ੍ਰੇਨ 'ਚ ਹੀ ਹੁੰਦਾ ਹੈ। ਉਹ ਹਾਈਪੋਥੈਲਮਸ ਜਿਹੜਾ ਆਪਣੇ ਬ੍ਰੇਨ ਦੇ ਅੰਦਰ ਇੱਕ ਔਰਗਨ ਹੈ, ਉਹਦੇ ਉਹਨੂੰ ਅਸੀਂ ਥਰਮੋਸਟੈਟ ਵੀ ਕਹਿ ਦਿੰਦੇ ਹਾਂ। ਐਲਡਰਲੀ ਪੇਸ਼ੈਂਟ ਦੇ ਵਿੱਚ ਜਾਂ ਬਹੁਤ ਯੰਗ ਬੱਚਿਆਂ ਦੇ ਵਿੱਚ, ਜਿਹੜੇ ਬਜ਼ੁਰਗ ਪੇਸ਼ੈਂਟ ਨੇ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਦੋਂ ਬਹੁਤ ਲੰਬੀ ਦੇਰ ਉਹ ਧੁੱਪ ਦੇ ਐਕਸਪੋਜ਼ਰ 'ਤੇ ਰਹਿੰਦੇ ਨੇ ਅਤੇ ਉਹਨਾਂ ਦਾ ਜਿਹੜਾ ਉਹ ਹਾਈਪੋਥੈਲਮਿਕ ਸੈਂਟਰ ਹੈ ਉਹ ਡਿਸਟਰਬ ਹੋ ਜਾਂਦਾ। ਥਰਮੋਸਟੇਟ ਜਿਹੜਾ ਹੈ ਉਹ ਬਾਡੀ ਦਾ ਟੈਂਪਰੇਚਰ ਰੈਗੂਲੇਟ ਕਰਨ ਲੱਗਿਆਂ ਜਿਹੜਾ ਹੈ ਉਹ ਖਰਾਬ ਹੋ ਜਾਂਦਾ, ਉਹ ਬਾਡੀ ਦਾ ਟੈਂਪਰੇਚਰ ਰੈਗੂਲੇਟ ਨਹੀਂ ਰੱਖ ਪਾਉਂਦਾ ਅਤੇ ਪੇਸ਼ੈਂਟਸ ਜਿਹੜਾ ਹੈ ਉਹ ਹਾਈਪਰਥਰਮੀਆ ਚਲੇ ਜਾਂਦੇ ਨੇ ਔਰ ਬਹੁਤ ਤੇਜ਼ ਬੁਖਾਰ ਉਹਨਾਂ ਨੂੰ ਹੋ ਜਾਂਦਾ, 105, 106, 107। ਇਹ ਜਾਨਲੇਵਾ ਹੋ ਸਕਦਾ, ਇਹ ਜਾਨਲੇਵਾ ਹੋ ਸਕਦਾ। ਤੁਸੀਂ ਇੱਕ ਚੀਜ਼ ਹੋਰ ਮੈਂਸ਼ਨ ਕੀਤੀ ਡਾਕਟਰ ਸਾਹਿਬ ਕਿ ਬੱਚਿਆਂ ਦੇ ਵਿੱਚ ਵੀ ਹੁੰਦਾ। ਬਿਲਕੁਲ, ਇਹ ਬਹੁਤ ਛੋਟੇ ਬੱਚਿਆਂ ਨੂੰ, ਤਾਂ ਹੀ ਅਸੀਂ ਕਹਿੰਦੇ ਹਾਂ ਸਕੂਲ ਦੀ ਛੁੱਟੀਆਂ ਵੀ ਤਾਂ ਹੀ ਹੋਈਆਂ ਨੇ। ਦੇਖੋ ਸਰਕਾਰ ਜਦੋਂ ਦੇਖਦੀ ਹੈ ਕਿ ਉਹ ਇਕੱਲੇ ਪ੍ਰਾਈਵੇਟ ਸਕੂਲ ਨਹੀਂ ਦੇਖਦੇ ਕਿ ਬੱਚੇ ਬੱਸਾਂ ਜਾ ਰਹੇ ਆ, ਏਸੀ ਬੱਸਾਂ ਜਾ ਰਹੇ ਆ, ਸਰਕਾਰੀ ਸਕੂਲਾਂ ਦੇ ਬੱਚੇ ਕੋਈ ਪੈਦਲ ਵੀ ਘਰੋਂ ਜਾਂਦੇ ਨੇ, ਕੋਈ ਸਾਈਕਲ 'ਤੇ ਵੀ ਜਾਂਦੇ ਨੇ, ਕੋਈ ਰਿਕਸ਼ਾ 'ਚ ਵੀ ਜਾਂਦੇ ਨੇ, ਆਟੋ 'ਚ ਵੀ ਜਾਂਦੇ ਨੇ। ਇਸ ਕਰਕੇ ਹੁਣ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਇਹ ਐਤਕੀ 21 ਤਰੀਕ ਤੋਂ ਹੀ ਜਿਹੜੀਆਂ ਨੇ ਉਹ ਛੁੱਟੀਆਂ ਚਾਲੂ ਕਰ ਦਿੱਤੀਆਂ ਹੈ। ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿਵੇਂ ਹੁਣ ਬੱਚੇ ਏਸੀ 'ਚੋਂ ਬਾਹਰ ਜਾਂਦੇ ਨੇ ਜਾਂ ਬਜ਼ੁਰਗ ਜਿਹੜੇ ਨੇ ਜਾਂ ਸਾਡੇ ਵਰਗੇ ਯੰਗਸਟਰਸ ਨੇ ਜੋ ਬਾਹਰ ਜਾਂਦੇ ਨੇ ਏਸੀ 'ਚੋਂ ਇੱਕਦਮ ਧੁੱਪ ਦੇ ਵਿੱਚ, ਉਹਨਾਂ ਨਾਲ ਵੀ ਹੀਟ ਸਟ੍ਰੋਕ ਹੋ ਸਕਦਾ? ਉਹ ਸਟ੍ਰੋਕ ਦਮਨ ਤੁਸੀਂ ਡਿਫਰੈਂਟ ਗੱਲ ਕਰ ਰਹੇ ਹੋ, ਹੀਟ ਸਟ੍ਰੋਕ ਤਾਂ ਹੀਟ 'ਚ ਹੀ ਹੋਏਗਾ, ਉਹ ਤਾਂ ਬਾਹਰ ਹੀ ਹੋਏਗਾ। ਜਿਹੜੇ ਆਪਾਂ ਸਟ੍ਰੋਕ ਦੀ ਗੱਲ ਕਰ ਰਹੇ ਹਾਂ, ਜਿਹੜੇ ਸਟ੍ਰੋਕ ਦੋ ਤਰ੍ਹਾਂ ਦੇ ਹੁੰਦੇ, ਇੱਕ ਸਕਿਮਿਕ ਸਟ੍ਰੋਕ ਹੁੰਦਾ ਹੈ ਜਿਹਦੇ ਦਿਮਾਗ ਦੀ ਨਾੜੀ ਬੰਦ ਹੋ ਜਾਂਦੀ ਹੈ, ਇੱਕ ਹੈਮਰੇਜਿਕ ਸਟ੍ਰੋਕ ਹੁੰਦਾ ਜਿਹਦੇ ਦਿਮਾਗ ਦੀ ਨਾੜੀ ਫਟ ਜਾਂਦੀ ਹੈ। ਐਕਸਟ੍ਰੀਮ ਚੇਂਜ ਆਫ ਟੈਂਪਰੇਚਰ ਜਿਹੜਾ ਹੈਗਾ, ਹੁਣ ਆਪਾਂ 21-22-23 ਜਿਹੜਾ ਹੈ ਅੱਜ ਕੱਲ੍ਹ ਸਾਡਾ ਇੰਨਾ ਟੈਂਪਰੇਚਰ ਚੱਲਦਾ ਹੈਗਾ ਏਸੀ, ਹੈ ਨਾ, ਬਾਹਰ ਤੁਹਾਡਾ ਹੈਗਾ 40+। ਸੋ ਇਹ ਮੋਰ ਦੈਨ 20 ਡਿਗਰੀਜ਼ ਦਾ ਜਿਹੜਾ ਚੇਂਜ ਹੈਗਾ, ਜੇ ਆਪਾਂ ਇੱਕਦਮ ਆਪਾਂ ਗੱਡੀ 'ਚੋਂ ਬਹੁਤ ਤੇਜ਼ ਏਸੀ 'ਚੋਂ ਇੱਕਦਮ ਬਾਹਰ ਨਿਕਲਦੇ ਹਾਂ, ਵੈਸੇ ਤਾਂ ਆਪਾਂ ਕਹਿੰਦੇ ਕਿ ਮੋਰ ਦੈਨ 10 ਡਿਗਰੀਜ਼, ਜਦੋਂ ਮੋਰ ਦੈਨ 10 ਡਿਗਰੀਜ਼ ਦਾ ਟੈਂਪਰੇਚਰ ਡਿਫਰੈਂਸ ਹੁੰਦਾ ਹੈ ਅਤੇ ਵਾਇਰਲ ਇਨਫੈਕਸ਼ਨ, ਫਲੂ ਇਨਫੈਕਸ਼ਨ ਜਿਹੜੀਆਂ ਨੇ ਇਹ ਹੁੰਦੀਆਂ ਨੇ। ਪਰ ਜਦੋਂ ਬਹੁਤ ਐਕਸਟ੍ਰੀਮ ਟੈਂਪਰੇਚਰ ਡਿਫਰੈਂਸ ਹੁੰਦੇ ਹੈ ਤਾਂ ਸਟ੍ਰੋਕ ਹੋ ਸਕਦਾ ਹੈ, ਪਰ ਇਹ ਹੀਟ ਸਟ੍ਰੋਕ ਦੀ ਗੱਲ ਨਹੀਂ ਕਰ ਰਿਹਾ, ਇਹ ਮੈਂ ਆਪਣੇ ਇਸਕੀਮਿਕ ਜਾਂ ਹੈਮਰੇਜਿਕ ਸਟ੍ਰੋਕਸ ਦੀ ਗੱਲ ਕਰ ਰਿਹਾ, ਜਿਹਨੂੰ ਆਪਾਂ ਦਰੰਗ ਕਹਿ ਦਿੰਦੇ ਹਾਂ ਜਾਂ ਪੈਰਾਲਿਸਿਸ ਕਹਿ ਦਿੰਦੇ ਹਾਂ।
ਸੋ ਇਹ ਵੀ ਐਲਡਰਲੀ ਪੇਸ਼ੈਂਟਸ ਹੀ ਹੁੰਦਾ ਔਰ ਖਾਸ ਕਰਕੇ ਜਿਨ੍ਹਾਂ ਨੂੰ ਕੋਈ ਕੋਮੋਰਬਿਡਿਟੀ ਹੈ, ਕਹਿਣ ਦਾ ਮਤਲਬ ਜਿਨ੍ਹਾਂ ਨੂੰ ਨਾਲ ਕੋਈ ਹੋਰ ਬਿਮਾਰੀ ਹੈ, ਜਿਸ ਤਰ੍ਹਾਂ ਕਿ ਹਾਰਟ ਡਿਜ਼ੀਜ਼ ਹੈ, ਡਾਇਬਟੀਜ਼ ਹੈ, ਹਾਈਪਰ ਟੈਂਸ਼ਨ ਹੈ, ਜਾਂ ਪੇਸ਼ੈਂਟ ਜਿਹੜੇ ਕੋਰਟੀਕੋਸਟੀਰੋਇਡਸ ਲੈ ਰਹੇ ਨੇ, ਜਿਹੜੇ ਕੈਂਸਰ ਵਾਲੇ ਪੇਸ਼ੈਂਟਸ ਨੇ, ਇਮਿਊਨਿਟੀ ਲੋ ਹੈ, ਇਹਨਾਂ ਪੇਸ਼ੈਂਟਸ ਨੂੰ ਹੀਟ ਸਟ੍ਰੋਕ ਤੋਂ ਇਲਾਵਾ ਇੱਦਾਂ ਦੇ ਸਟ੍ਰੋਕ ਵੀ ਹੋਣ ਦੇ ਚਾਂਸ ਵੱਧ ਜਾਂਦੇ ਨੇ। ਐਲਡਰਲੀ ਪੇਸ਼ੈਂਟਸ ਤੋਂ ਇਲਾਵਾ ਯੰਗਸਟਰਸ ਨੂੰ ਤੁਸੀਂ ਕੀ ਕਹਿਣਾ ਚਾਹੋਗੇ, ਕਿਉਂਕਿ ਬਾਹਰ ਤਾਂ ਯੰਗਸਟਰਸ ਵੀ ਹੁੰਦੇ ਆ? ਦੇਖੋ, ਸਿੱਧੀ ਲੂ ਚੋਂ ਬਚਣਾ, 12 ਵਜੇ ਤੋਂ ਲੈ ਕੇ 5 ਵਜੇ ਤੱਕ ਜੇ ਕੋਈ ਬਹੁਤ ਇੰਪੋਰਟੈਂਟ ਕੰਮ ਨਹੀਂ ਹੈਗਾ ਤੇ ਬਾਹਰ ਜਾਣ ਤੋਂ ਪਰਹੇਜ਼ ਰੱਖਣਾ, ਆਪਣੇ ਆਪ ਨੂੰ ਹਾਈਡਰੇਟ ਕਰਕੇ ਰੱਖਣਾ, ਭਾਵੇਂ ਪਾਣੀ ਪੀਓ, ਲੱਸੀ ਪੀਓ, ਨਿੰਬੂ ਪਾਣੀ ਪੀਓ, ਵਟ ਐਵਰ, ਕੋਕੋਨਟ ਵਾਟਰ ਪੀਓ, ਆਪਣੇ ਆਪ ਨੂੰ ਹਾਈਡਰੇਟ ਰੱਖੋ। ਡਾਇਰੈਕਟ ਸਨ ਤੋਂ ਬਚੋ, ਉਹ ਭਾਵੇਂ ਤੁਸੀਂ ਕੈਪ ਲਾਓ, ਭਾਵੇਂ ਤੁਸੀਂ ਗਮਛਾ ਲਾਓ, ਭਾਵੇਂ ਤੁਸੀਂ ਛੱਤਰੀ ਲਾਓ, ਫੁੱਲ ਸ਼ਰਟ ਪਾ ਕੇ ਰੱਖੋ, ਬਹੁਤ ਟਾਈਟ ਕੱਪੜੇ ਨਾ ਪਾਓ, ਲਾਈਟ ਸੂਤੀ, ਲਾਈਟ ਕਰਦੇ ਸੂਤੀ ਖੁੱਲ੍ਹੇ ਕੱਪੜੇ ਪਾਓ, ਜਿਸ ਤਰ੍ਹਾਂ ਕਿ ਕੁੜਤਾ ਪਜਾਮਾ ਹੋ ਗਿਆ, ਹੋਰ ਹੋ ਗਿਆ, ਔਰ ਡਾਇਰੈਕਟ ਹੀਟ ਤੋਂ ਬਚੋ। ਔਰ ਇਹੀ ਹੈ ਕਿ ਬੱਚਿਆਂ ਨੂੰ ਅਤੇ ਬਜ਼ੁਰਗਾਂ ਨੂੰ ਬਿਲਕੁਲ ਵੀ ਬਾਹਰ ਨਾ ਕੱਢਣਾ। ਗਰਮੀਆਂ ਬਹੁਤ ਵੱਧ ਗਈਆਂ ਨੇ, ਜਿਸ ਨੂੰ ਦੇਖਦਿਆਂ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਤੇ ਬਹੁਤ ਜ਼ਿਆਦਾ ਹੀਟ ਵੇਵ ਹੋਣ ਕਰਕੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ। 45 ਡਿਗਰੀ ਤੋਂ ਪਾਰ ਲੁਧਿਆਣਾ ਦੇ ਵਿੱਚ ਟੈਂਪਰੇਚਰ ਜਾ ਚੁੱਕਿਆ ਮਈ ਦੇ ਮਹੀਨੇ ਦੇ ਵਿੱਚ, ਹਲੇ ਜੂਨ ਆਉਣੀ ਬਾਕੀ ਹੈ, ਪਿਛਲੇ ਸਾਰੇ ਸਾਲਾਂ ਦਾ ਰਿਕਾਰਡ ਤੋੜ ਰਹੀ ਹੈ ਇਸ ਵਾਰ ਦੀ ਗਰਮੀ। ਸੋ ਇਸੇ ਵਿਸ਼ੇ ਦੇ ਵਿੱਚ ਅਸੀਂ ਗੱਲ ਕਰਨ ਆਏ ਹਾਂ ਕਿ ਕਿਹੜੀਆਂ ਸਮੱਸਿਆਵਾਂ ਹੁੰਦੀਆਂ ਨੇ ਲੋਕਾਂ ਨੂੰ, ਕਿਸ ਏਜ ਗਰੁੱਪ ਦੇ ਵਿੱਚ ਹੁੰਦੀਆਂ ਨੇ। ਸੋ ਸਾਡੇ ਨਾਲ ਨੇ ਡਾਕਟਰ ਗੌਰਵ ਸਚਦੇਵਾ ਜੀ, ਅਰੋੜਾ ਨਿਊਰੋ ਸੈਂਟਰ ਦੇ ਮੈਡੀਸਿਨ ਡਿਪਾਰਟਮੈਂਟ ਦੇ ਹੈਡ। ਸੋ ਉਹਨਾਂ ਨਾਲ ਡਿਸਕਸ ਕਰਾਂਗੇ ਕਿ ਆਖਿਰ ਕਿਹੜੀਆਂ ਪ੍ਰੋਬਲਮਸ ਆ ਰਹੀਆਂ ਐਂਡ ਕਿਸ ਏਜ ਗਰੁੱਪ ਨੂੰ ਆ ਰਹੀਆਂ। ਸੋ ਆਓ ਗੱਲਬਾਤ ਕਰਦੇ ਹਾਂ। ਸੋ ਸਤਿ ਸ਼੍ਰੀ ਅਕਾਲ ਸਰ, ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਦਮਨ ਜੀ, ਸਭ ਤੋਂ ਪਹਿਲਾਂ ਤਾਂ ਸਿਟੀ ਹੈਡਲਾਈਨਸ ਦਾ ਮੈਂ ਬਹੁਤ ਧੰਨਵਾਦੀ ਹਾਂ ਕਿ ਸਮੇਂ-ਸਮੇਂ ਤੇ ਜਿਹੜੀਆਂ ਜਿਸ ਤਰ੍ਹਾਂ ਦੀਆਂ ਤਕਲੀਫਾਂ ਲੋਕਾਂ ਨੂੰ ਹੋ ਰਹੀਆਂ ਨੇ ਉਹਨਾਂ ਨੂੰ ਜਾਗਰੂਕ ਕਰਨ ਲਈ ਤੁਸੀਂ ਉਪਰਾਲਾ ਕਰਦੇ ਰਹਿੰਦੇ ਹੋ। ਜਿਸ ਤਰ੍ਹਾਂ ਕਿ ਤੁਸੀਂ ਕਿਹਾ, ਗਰਮੀਆਂ ਐਕਚੁਅਲੀ ਪਸੀਨੇ ਛੁਟਾ ਰਹੀਆਂ ਨੇ ਔਰ ਚੁਣਾਵੀ ਸਰਗਰਮੀ ਵੀ ਤੁਹਾਨੂੰ ਪਤਾ ਬਹੁਤ ਵੱਧ ਗਈ ਹੈ ਔਰ ਹਰ ਤਰ੍ਹਾਂ ਦੀ ਗਰਮੀ ਜਿਹੜੀ ਹੈ ਉਹ ਪਾਰਾ ਜਿਹੜਾ ਹੈ ਉਹ ਹੁਣ ਵਧਿਆ ਹੋਇਆ ਹੈ। ਐਤਕੀ IMD ਨੇ ਕਾਫੀ ਜ਼ਿਆਦਾ ਜਿਹੜੀਆਂ ਨੇ ਵਾਰਨਿੰਗਸ ਦਿੱਤੀਆਂ ਨੇ, ਯੈਲੋ ਅਲਰਟ ਵੀ ਦਿੱਤੀ ਹੈ, ਹੁਣ ਵੀਕਐਂਡ ਲਈ ਰੈੱਡ ਅਲਰਟ ਵੀ ਦਿੱਤੀ ਹੈ ਅਤੇ ਪਾਰਾ ਜਿਹੜਾ ਹੈ 47 ਦੇ ਪਾਰ ਜਾ ਸਕਦਾ ਹੈ। ਬਹੁਤ ਜ਼ਿਆਦਾ ਜਿਹੜਾ ਗਰਮੀਆਂ ਦੇ ਵਿੱਚ ਹਰ ਤਰ੍ਹਾਂ ਦੀ ਬਿਮਾਰੀ, ਸਿੰਪਲ ਅੱਖਾਂ ਦੀ ਬਿਮਾਰੀਆਂ ਤੋਂ ਲੈ ਕੇ ਚਮੜੀ ਦੀ ਬਿਮਾਰੀਆਂ ਤੋਂ ਲੈ ਕੇ ਹੈਜੇ ਤੋਂ ਲੈ ਕੇ ਟੱਟੀਆਂ ਉਲਟੀਆਂ ਗੈਸਟ੍ਰੋਐਂਟਰਾਈਟਿਸ ਤੋਂ ਲੈ ਕੇ ਟਾਈਫਾਇਡ ਫੀਵਰ ਤੋਂ ਲੈ ਕੇ ਸਿੰਪਲ ਫਲੂ, ਗਲੇ ਦੇ ਜਿਹੜੇ ਜਿਹੜੇ ਫਲੂ ਦੀਆਂ ਬਿਮਾਰੀਆਂ ਨੇ ਉਹਨਾਂ ਕਰਕੇ ਗਲਾ ਖਰਾਬ, ਖਾਂਸੀ, ਬਲਗਮ, ਉਹ ਤੋਂ ਲੈ ਕੇ ਅਤੇ ਬਹੁਤ ਗੰਭੀਰ ਬਿਮਾਰੀਆਂ ਵੀ ਜਿਸ ਤਰ੍ਹਾਂ ਕਿ ਹੀਟ ਸਟ੍ਰੋਕ ਤੱਕ ਜਿਹੜੀਆਂ ਜਾਨਲੇਵਾ ਹੋ ਸਕਦੀਆਂ ਨੇ। ਸੋ ਇਹ ਗਰਮੀ ਸਿੰਪਲ ਤੋਂ ਬਹੁਤ ਸੀਰੀਅਸ ਬਿਮਾਰੀਆਂ ਤੱਕ ਦੀਆਂ ਅਲਾਮਤਾਂ ਲੈ ਕੇ ਆਉਂਦੀ ਹੈ। ਜੀ, ਜਿਹਨਾਂ ਤੁਸੀਂ ਗੱਲ ਕੀਤੀ ਸਰ ਹੀਟ ਸਟ੍ਰੋਕ ਦੀ, ਹੀਟ ਸਟ੍ਰੋਕ ਐਕਚੁਅਲੀ ਹੁੰਦਾ ਕੀ ਹੈ? ਦਮਨ ਜੀ, ਹੀਟ ਸਟ੍ਰੋਕ ਜਿਹੜਾ ਹੈ ਉਹ ਇੱਕ ਜਿਹੜਾ ਆਪਾਂ ਸਟ੍ਰੋਕ ਦੇਖਦੇ ਹਾਂ ਨਿਊਰੋ ਸੈਂਟਰ ਦੇ ਵਿੱਚ, ਉਹ ਸਟ੍ਰੋਕ ਨਹੀਂ ਹੈ। ਓਕੇ, ਜਿਹੜਾ ਹੀਟ ਸਟ੍ਰੋਕ ਹੈ ਉਹ ਆਪਣੀ ਬਾਡੀ ਦੇ ਅੰਦਰ ਜਿਸ ਤਰ੍ਹਾਂ ਕਿ ਇੱਕ ਥਰਮੋਸਟੈਟ ਹੁੰਦਾ, ਆਪਣੀ ਬਾਡੀ ਨੇ, ਰੱਬ ਨੇ ਆਪਣੀ ਬਾਡੀ ਬਹੁਤ ਅੱਛੇ ਕਿਸਮ ਨਾਲ ਬਣਾਈ ਹੈ, ਆਪਣੀ ਬਾਡੀ ਹਰੇਕ ਚੀਜ਼ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕਰਦੀ ਹੈ। ਜੇ ਸਰਦੀ ਹੈ ਤਾਂ ਉਸ ਹਿਸਾਬ ਨਾਲ ਐਡਜਸਟ ਕਰਦੀ ਹੈ, ਭਾਵੇਂ ਤੁਹਾਨੂੰ ਕਾਂਬਾ ਲੱਗੇ, ਭਾਵੇਂ ਤੁਹਾਨੂੰ ਉਹ ਹੀਟ ਪ੍ਰੋਡਿਊਸ ਕਰਨ ਲਈ ਉਹ ਬਾਡੀ ਦੇ ਰਿਐਕਸ਼ਨ ਨੇ। ਔਰ ਜਦੋਂ ਤੁਸੀਂ ਧੁੱਪ 'ਚ ਜਾਂਦੇ ਹੋ, ਜਦੋਂ ਤੁਸੀਂ ਸੈਰ ਕਰਦੇ ਹੋ, ਜਦੋਂ ਤੁਸੀਂ ਭੱਜਦੇ ਹੋ, ਤਾਂ ਬਾਡੀ ਨੂੰ ਕੂਲ ਰੱਖਣ ਲਈ ਆਪਾਂ ਨੂੰ ਸਵੈਟਿੰਗ ਹੁੰਦੀ ਹੈ, ਉਹ ਹੁੰਦੀ ਹੈ, ਪਰ ਉਹ ਜਿਹੜਾ ਥਰਮੋਸਟੈਟ ਹੈ ਉਹ ਆਪਣੇ ਬ੍ਰੇਨ 'ਚ ਹੀ ਹੁੰਦਾ ਹੈ। ਉਹ ਹਾਈਪੋਥੈਲਮਸ ਜਿਹੜਾ ਆਪਣੇ ਬ੍ਰੇਨ ਦੇ ਅੰਦਰ ਇੱਕ ਔਰਗਨ ਹੈ, ਉਹਨੂੰ ਅਸੀਂ ਥਰਮੋਸਟੈਟ ਵੀ ਕਹਿ ਦਿੰਦੇ ਹਾਂ।
ਐਲਡਰਲੀ ਪੇਸ਼ੈਂਟ ਦੇ ਵਿੱਚ ਜਾਂ ਬਹੁਤ ਯੰਗ ਬੱਚਿਆਂ ਦੇ ਵਿੱਚ ਜਿਹੜੇ ਬਜ਼ੁਰਗ ਪੇਸ਼ੈਂਟ ਨੇ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਦੋਂ ਬਹੁਤ ਲੰਬੀ ਦੇਰ ਧੁੱਪ ਦੇ ਐਕਸਪੋਜ਼ਰ 'ਤੇ ਰਹਿੰਦੇ ਨੇ ਅਤੇ ਉਹਨਾਂ ਦਾ ਜਿਹੜਾ ਉਹ ਹਾਈਪੋਥੈਲਮਿਕ ਸੈਂਟਰ ਹੈ ਉਹ ਡਿਸਟਰਬ ਹੋ ਜਾਂਦਾ। ਉਹ ਥਰਮੋਸਟੇਟ ਜਿਹੜਾ ਹੈ ਉਹ ਬੋਡੀ ਦਾ ਟੈਂਪਰੇਚਰ ਰੈਗੂਲੇਟ ਕਰਨ ਲੱਗਿਆਂ ਜਿਹੜਾ ਹੈ ਉਹ ਖਰਾਬ ਹੋ ਜਾਂਦਾ, ਉਹ ਬੋਡੀ ਦਾ ਟੈਂਪਰੇਚਰ ਰੈਗੂਲੇਟ ਨਹੀਂ ਰੱਖ ਪਾਉਂਦਾ ਅਤੇ ਪੇਸ਼ੈਂਟਸ ਜਿਹੜਾ ਹੈ ਉਹ ਹਾਈਪਰਥਰਮੀਆ ਚਲੇ ਜਾਂਦੇ ਨੇ ਔਰ ਬਹੁਤ ਤੇਜ਼ ਬੁਖਾਰ ਉਹਨਾਂ ਨੂੰ ਹੋ ਜਾਂਦਾ, 105, 106, 107। ਜਾਨਲੇਵਾ ਹੋ ਸਕਦਾ ਹੈ, ਪੇਸ਼ੈਂਟ ਬੇਹੋਸ਼ ਚਲਾ ਜਾਂਦਾ ਹੈ, ਬਸੁਰਤੇ ਚਲਾ ਜਾਂਦਾ ਹੈ, ਬੀਪੀ ਡਾਊਨ ਹੋ ਸਕਦਾ ਹੈ ਔਰ ਇਹਨਾਂ ਪੇਸ਼ੈਂਟਸ ਨੂੰ ਟ੍ਰੀਟ ਕਰਨਾ ਵੀ ਬੜਾ ਔਖਾ ਹੁੰਦਾ ਹੈ ਕਿਉਂਕਿ ਇਹਨਾਂ ਨੂੰ ਜਿਹੜੇ ਆਪਾਂ ਆਈ ਵੀ ਫਲੂਡ ਲਾਉਂਦੇ ਹਾਂ ਉਹ ਵੀ ਠੰਡਾ ਚਾਹੀਦਾ, ਜਿਹੜੇ ਆਪਾਂ ਨੀਮਾ ਦੇਣੇ ਆ ਉਹ ਵੀ ਠੰਡੇ ਚਾਹੀਦੇ ਨੇ ਔਰ ਆਪਾਂ ਨੂੰ ਜਿਹੜਾ ਇੱਕ ਬਹੁਤ ਕ੍ਰਿਟੀਕਲ ਜਿਹੜਾ ਪੇਸ਼ੈਂਟ ਲੈ ਕੇ ਆਪਾਂ ਨੂੰ ICU 'ਚ ਇਹਨਾਂ ਪੇਸ਼ੈਂਟਸ ਨੂੰ ਰੱਖਣਾ ਪੈਂਦਾ ਹੈ ਔਰ ਇਹ ਜਾਨਲੇਵਾ ਬਿਮਾਰੀ ਹੋ ਸਕਦੀ ਹੈ ਜੀ। ਤੁਸੀਂ ਇੱਕ ਚੀਜ਼ ਹੋਰ ਮੈਂਸ਼ਨ ਕੀਤੀ ਡਾਕਟਰ ਸਾਹਿਬ ਕਿ ਬੱਚਿਆਂ ਦੇ ਵਿੱਚ ਵੀ ਹੁੰਦਾ ਹੈ। ਬਿਲਕੁਲ, ਇਹ ਬਹੁਤ ਛੋਟੇ ਬੱਚਿਆਂ ਨੂੰ, ਤਾਂ ਹੀ ਅਸੀਂ ਕਹਿੰਦੇ ਹਾਂ ਸਕੂਲ ਦੀ ਛੁੱਟੀਆਂ ਵੀ ਤਾਂ ਹੀ ਹੋਈਆਂ ਨੇ। ਦੇਖੋ ਸਰਕਾਰ ਜਦੋਂ ਦੇਖਦੀ ਹੈ ਕਿ ਉਹ ਇਕੱਲੇ ਪ੍ਰਾਈਵੇਟ ਸਕੂਲ ਨਹੀਂ ਦੇਖਦੇ ਕਿ ਬੱਚੇ ਬੱਸਾਂ ਜਾ ਰਹੇ ਜਾਂ AC ਬੱਸਾਂ ਜਾ ਰਹੇ ਹੈ, ਸਰਕਾਰੀ ਸਕੂਲਾਂ ਦੇ ਬੱਚੇ ਕੋਈ ਪੈਦਲ ਵੀ ਘਰੋਂ ਜਾਂਦੇ ਨੇ, ਕੋਈ ਸਾਈਕਲ 'ਤੇ ਵੀ ਜਾਂਦੇ ਨੇ, ਕੋਈ ਰਿਕਸ਼ਾ 'ਚ ਵੀ ਜਾਂਦੇ ਨੇ, ਆਟੋ 'ਚ ਵੀ ਜਾਂਦੇ ਨੇ। ਇਸ ਕਰਕੇ ਹੁਣ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਇਹ ਐਤਕੀ 21 ਤਰੀਕ ਤੋਂ ਹੀ ਜਿਹੜੀਆਂ ਨੇ ਉਹ ਛੁੱਟੀਆਂ ਚਾਲੂ ਕਰ ਦਿੱਤੀਆਂ ਹੈਗੀਆਂ ਨੇ। ਸੋ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿਵੇਂ ਹੁਣ ਬੱਚੇ AC 'ਚੋਂ ਬਾਹਰ ਜਾਂਦੇ ਨੇ ਜਾਂ ਬਜ਼ੁਰਗ ਜਿਹੜੇ ਨੇ ਜਾਂ ਸਾਡੇ ਵਰਗੇ ਯੰਗਸਟਰਸ ਨੇ ਜੋ ਬਾਹਰ ਜਾਂਦੇ ਨੇ AC 'ਚੋਂ ਇੱਕਦਮ ਧੁੱਪ ਦੇ ਵਿੱਚ, ਉਹਨਾਂ ਨਾਲ ਵੀ ਹੀਟ ਸਟ੍ਰੋਕ ਹੋ ਸਕਦਾ ਹੈ? ਉਹ ਸਟ੍ਰੋਕ ਦਮਨ ਤੁਸੀਂ ਡਿਫਰੈਂਟ ਗੱਲ ਕਰ ਰਹੇ ਹੋ, ਹੀਟ ਸਟ੍ਰੋਕ ਤਾਂ ਹੀਟ 'ਚ ਹੀ ਹੋਏਗਾ, ਉਹ ਤਾਂ ਬਾਹਰ ਹੀ ਹੋਏਗਾ। ਜਿਹੜੇ ਆਪਾਂ ਸਟ੍ਰੋਕ ਦੀ ਗੱਲ ਕਰ ਰਹੇ ਹਾਂ, ਜਿਹੜੇ ਸਟ੍ਰੋਕ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਸਕਿਮਿਕ ਸਟ੍ਰੋਕ ਹੁੰਦਾ ਹੈ ਜਿਹਦੇ ਦਿਮਾਗ ਦੀ ਨਾੜੀ ਬੰਦ ਹੋ ਜਾਂਦੀ ਹੈ, ਇੱਕ ਹੈਮਰੇਜਿਕ ਸਟ੍ਰੋਕ ਹੁੰਦਾ ਜਿਹਦੇ ਦਿਮਾਗ ਦੀ ਨਾੜੀ ਫਟ ਜਾਂਦੀ ਹੈ। ਐਕਸਟ੍ਰੀਮ ਚੇਂਜ ਆਫ ਟੈਂਪਰੇਚਰ ਜਿਹੜਾ ਹੈਗਾ, ਹੁਣ ਆਪਾਂ 21-22-23 ਜਿਹੜਾ ਹੈ ਅੱਜ ਕੱਲ੍ਹ ਸਾਡਾ ਇੰਨਾ ਟੈਂਪਰੇਚਰ ਚੱਲਦਾ ਹੈਗਾ AC, ਹੈ ਨਾ, ਬਾਹਰ ਤੁਹਾਡਾ ਹੈਗਾ 40+। ਸੋ ਇਹ ਮੋਰ ਦੈਨ 20 ਡਿਗਰੀਜ਼ ਦਾ ਜਿਹੜਾ ਚੇਂਜ ਹੈਗਾ, ਜੇ ਆਪਾਂ ਇੱਕਦਮ ਆਪਾਂ ਗੱਡੀ 'ਚੋਂ ਬਹੁਤ ਤੇਜ਼ AC 'ਚੋਂ ਇੱਕਦਮ ਬਾਹਰ ਨਿਕਲਦੇ ਹਾਂ, ਵੈਸੇ ਤਾਂ ਆਪਾਂ ਕਹਿੰਦੇ ਕਿ ਮੋਰ ਦੈਨ 10 ਡਿਗਰੀਜ਼, ਜਦੋਂ ਮੋਰ ਦੈਨ 10 ਡਿਗਰੀਜ਼ ਦਾ ਟੈਂਪਰੇਚਰ ਡਿਫਰੈਂਸ ਹੁੰਦਾ ਹੈ ਅਤੇ ਵਾਇਰਲ ਇਨਫੈਕਸ਼ਨਸ, ਫਲੂ ਇਨਫੈਕਸ਼ਨ ਜਿਹੜੀਆਂ ਨੇ ਇਹ ਹੁੰਦੀਆਂ ਨੇ। ਪਰ ਜਦੋਂ ਬਹੁਤ ਐਕਸਟ੍ਰੀਮ ਟੈਂਪਰੇਚਰ ਡਿਫਰੈਂਸ ਹੁੰਦੇ ਹੈ ਤਾਂ ਸਟ੍ਰੋਕ ਹੋ ਸਕਦਾ ਹੈ, ਪਰ ਇਹ ਹੀਟ ਸਟ੍ਰੋਕ ਦੀ ਗੱਲ ਨਹੀਂ ਕਰ ਰਿਹਾ, ਇਹ ਮੈਂ ਆਪਣੇ ਇਸਕੀਮਿਕ ਜਾਂ ਹੈਮਰੈਜਿਕ ਸਟ੍ਰੋਕਸ ਦੀ ਗੱਲ ਕਰ ਰਿਹਾ, ਜਿਹਨੂੰ ਆਪਾਂ ਦਰੰਗ ਕਹਿ ਦਿੰਦੇ ਹਾਂ ਜਾਂ ਪੈਰਾਲਿਸਿਸ ਕਹਿ ਦਿੰਦੇ ਹਾਂ ਜਾਂ ਆਪਾਂ ਜਿਹਨੂੰ ਪੈਰਾਲਾਈਜ਼ ਕਹਿ ਦਿੰਦੇ ਹਾਂ ਨਾ, ਇਹਨੂੰ ਸਟ੍ਰੋਕ ਕਹਿ ਦਿੰਦੇ ਹਾਂ, CVA ਕਹਿ ਦਿੰਦੇ ਹਾਂ, ਕਾਰਡੀਓਵੈਸਕੁਲਰ ਐਕਸੀਡੈਂਟ ਕਹਿ ਦਿੰਦੇ ਹਾਂ, ਇਹ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ ਵਿਦ ਚੇਂਜ ਇਨ ਟੈਂਪਰੇਚਰ। ਸੋ ਇਹ ਵੀ ਐਲਡਰਲੀ ਪੇਸ਼ੈਂਟਸ ਹੀ ਹੁੰਦਾ ਔਰ ਖਾਸ ਕਰਕੇ ਜਿਹਨਾਂ ਨੂੰ ਕੋਈ ਕੋਮੋਰਬਿਡਿਟੀ ਹੈ, ਕਹਿਣ ਦਾ ਮਤਲਬ ਜਿਹਨਾਂ ਨੂੰ ਨਾਲ ਕੋਈ ਹੋਰ ਬਿਮਾਰੀ ਹੈ, ਜਿਸ ਤਰ੍ਹਾਂ ਕਿ ਹਾਰਟ ਡਿਜ਼ੀਜ਼ ਹੈ, ਡਾਇਬਟੀਜ਼ ਹੈ, ਹਾਈਪਰਟੈਂਸ਼ਨ ਹੈ, ਜਾਂ ਪੇਸ਼ੈਂਟ ਜਿਹੜੇ ਕੋਰਟੀਕੋਸਟੀਰੋਇਡਸ ਲੈ ਰਹੇ ਨੇ, ਜਿਹੜੇ ਕੈਂਸਰ ਵਾਲੇ ਪੇਸ਼ੈਂਟਸ ਨੇ, ਇਮਿਊਨਿਟੀ ਲੋਅ ਹੈ, ਇਹਨਾਂ ਪੇਸ਼ੈਂਟਸ ਨੂੰ ਹੀਟ ਸਟ੍ਰੋਕ ਤੋਂ ਇਲਾਵਾ ਇੱਦਾਂ ਦੇ ਸਟ੍ਰੋਕ ਵੀ ਹੋਣ ਦੇ ਚਾਂਸ ਵੱਧ ਜਾਂਦੇ ਨੇ। ਅੱਛਾ, ਆਪਾਂ 3 ਤਰ੍ਹਾਂ ਦੇ ਸਟ੍ਰੋਕ ਦੀ ਇੱਥੇ ਗੱਲ ਕੀਤੀ ਹੈ ਡਾਕਟਰ ਸਾਹਿਬ, ਹੀਟ ਸਟ੍ਰੋਕ ਦੇ ਨਾਲ ਵੀ ਕੀ ਇਹਨਾਂ ਦੋਨਾਂ 'ਚੋਂ ਕੋਈ ਸਟ੍ਰੋਕ ਹੋ ਸਕਦਾ? ਬਿਲਕੁਲ, ਮੈਂ ਤੁਹਾਨੂੰ ਉਹੀ ਕਹਿ ਰਿਹਾ ਕਿ ਜਿਹੜੀ ਹੀਟ ਹੈ, ਜਿਹੜੀ ਸਮਰਜ ਹੈ, ਇਹ ਆਪਣੇ ਨਾਲ ਬਹੁਤ ਸਾਰੀਆਂ ਅਲਾਮਤਾਂ ਲੈ ਕੇ ਆਉਂਦੀ ਹੈ ਅਤੇ ਜੇ ਆਪਾਂ ਟੈਂਪਰੇਚਰ ਡਿਫਰੈਂਸ ਦੀ ਗੱਲ ਕਰੀਏ ਜਾਂ ਬਾਅਦ ਬਹੁਤ ਤੇਜ਼ ਹੀਟ ਦੀ ਗੱਲ ਕਰੀਏ ਤਾਂ ਹੀਟ ਸਟ੍ਰੋਕ ਵੀ ਵੱਧ ਜਾਂਦਾ ਹੈ, ਇਸਕੇਮਿਕ ਅਤੇ ਹੈਮਰੈਜਿਕ ਸਟ੍ਰੋਕਸ ਵੀ ਵੱਧ ਜਾਂਦੇ ਨੇ। ਸੋ ਐਲਡਰਲੀ ਪੇਸ਼ੈਂਟਸ ਤੋਂ ਇਲਾਵਾ ਯੰਗਸਟਰਸ ਨੂੰ ਤੁਸੀਂ ਕੀ ਕਹਿਣਾ ਚਾਹੋਗੇ, ਕਿਉਂਕਿ ਬਾਹਰ ਤਾਂ ਯੰਗਸਟਰਸ ਵੀ ਹੁੰਦੇ ਆ? ਦੇਖੋ, ਸਿੱਧੀ ਲੂ 'ਚੋਂ ਬਚਣਾ, 12 ਵਜੇ ਤੋਂ ਲੈ ਕੇ 5 ਵਜੇ ਤੱਕ ਜੇ ਕੋਈ ਬਹੁਤ ਇੰਪੋਰਟੈਂਟ ਕੰਮ ਨਹੀਂ ਹੈਗਾ ਤਾਂ ਬਾਹਰ ਜਾਣ ਤੋਂ ਪਰਹੇਜ਼ ਰੱਖਣਾ, ਆਪਣੇ ਆਪ ਨੂੰ ਹਾਈਡਰੇਟ ਕਰਕੇ ਰੱਖਣਾ, ਭਾਵੇਂ ਪਾਣੀ ਪੀਓ, ਲੱਸੀ ਪੀਓ, ਨਿੰਬੂ ਪਾਣੀ ਪੀਓ, ਵਟ ਐਵਰ, ਕੋਕੋਨਟ ਵਾਟਰ ਪੀਓ,
ਆਪਣੇ ਆਪ ਨੂੰ ਹਾਈਡਰੇਟ ਰੱਖੋ, ਡਾਇਰੈਕਟ ਸਨ ਤੋਂ ਬਚੋ, ਉਹ ਭਾਵੇਂ ਤੁਸੀਂ ਕੈਪ ਲਾਓ, ਭਾਵੇਂ ਤੁਸੀਂ ਗਮਛਾ ਲਾਓ, ਭਾਵੇਂ ਤੁਸੀਂ ਛੱਤਰੀ ਲਾਓ, ਫੁੱਲ ਸ਼ਰਟ ਪਾ ਕੇ ਰੱਖੋ, ਬਹੁਤ ਟਾਈਟ ਕੱਪੜੇ ਨਾ ਪਾਓ, ਲਾਈਟ ਸੂਤੀ ਲਾਈਟ ਕਰਦੇ ਸੂਤੀ ਖੁੱਲ੍ਹੇ ਕੱਪੜੇ ਪਾਓ, ਜਿਸ ਤਰ੍ਹਾਂ ਕਿ ਕੁੜਤਾ ਪਜਾਮਾ ਹੋ ਗਿਆ, ਹੋਰ ਹੋ ਗਿਆ, ਔਰ ਡਾਇਰੈਕਟ ਹੀਟ ਤੋਂ ਬਚੋ। ਔਰ ਇਹੀ ਹੈ ਕਿ ਬੱਚਿਆਂ ਨੂੰ ਅਤੇ ਬਜ਼ੁਰਗਾਂ ਨੂੰ ਬਿਲਕੁਲ ਵੀ ਬਾਹਰ ਨਾ ਕੱਢੋ। ਅੱਛਾ, ਮਤਲਬ ਇੰਨਾ ਜ਼ਿਆਦਾ ਖਤਰਨਾਕ ਹੈ ਹੀਟ ਵੇਵ ਕਿ ਜੇ ਕਿਸੇ ਦੀ ਜਾਨ ਵੀ ਜਾ ਸਕਦੀ ਹੈ? ਜਾਨਲੇਵਾ ਵੀ ਹੋ ਸਕਦੀ ਹੈ, ਹੀਟ ਸਟ੍ਰੋਕ, ਦੂਜੇ ਸਟ੍ਰੋਕ, ਸੈਮਰੈਜਿਕ ਸਟ੍ਰੋਕ ਜਿਹੜੇ ਨੇ, ਇਹ ਦੇ ਕੈਨ ਬੀ ਯੂ ਨੋ ਲਾਈਫ ਥ੍ਰੈਟਨਿੰਗ ਆਲਸੋ। ਸੋ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ, ਚੁਣਾਵੀ ਮਾਹੌਲ ਵੀ ਹੈ ਤੇ ਪ੍ਰਚਾਰ ਵੀ ਬਹੁਤ ਜ਼ਿਆਦਾ ਹੋ ਰਹੇ ਨੇ, ਸੋ ਉਹਨਾਂ ਲੋਕਾਂ ਲਈ ਵੀ ਕੁਝ ਸਪੈਸ਼ਲ ਜ਼ਰੂਰ ਟਿਪ ਦੇ ਕੇ ਜਾਇਓ ਸਾਡੇ ਆਡੀਅੰਸ ਨੂੰ, ਕਿਉਂਕਿ ਪ੍ਰਚਾਰ ਦੇ ਵਿੱਚ ਵੀ ਬਹੁਤ ਲੋਕ ਜਾਂਦੇ ਨੇ। ਐਸੇ ਕਰਕੇ ਦਮਨ ਜੀ, ਮੈਂ ਐਸੇ ਕਰਕੇ ਕਿਹਾ ਵੀ ਇਹ ਗਰਮੀ ਨਾਲ ਜਿਹੜੀ ਚੁਣਾਵੀ ਗਰਮੀ ਵੀ ਵਧੀ ਹੋਈ ਔਰ ਲੋਕਾਂ ਨੂੰ ਬਹੁਤ, ਤੁਸੀਂ ਦੇਖਿਆ ਉਹਨੇ ਹੁਣ ਸ਼ਾਹਰੁਖ ਖਾਨ ਨੂੰ ਵੀ ਹੋਸਪਿਟਲਾਈਜ਼ ਕੀਤਾ, ਉਹਨੂੰ ਉਹ ਸਿਰਫ ਅਹਿਮਦਾਬਾਦ 'ਚ ਆਪਣੇ KKR ਦਾ ਮੈਚ ਦੇਖਣ ਆਇਆ ਸੀ ਅਤੇ ਉਹ ਵੀ ਉਹ ਗਰਮੀ 45 ਡਿਗਰੀ ਦੀ ਅਹਿਮਦਾਬਾਦ ਦੀ ਗਰਮੀ ਨੂੰ ਸਹਾਰ ਨਹੀਂ ਸਕਿਆ। ਖਾਸ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੇ ਪੇਸ਼ੈਂਟਸ ਜਿਨ੍ਹਾਂ ਨੂੰ ਆਦਤ ਨਹੀਂ ਹੈਗੀ ਇੰਨੇ ਹੀਟ ਦੇ ਵਿੱਚ ਜਾਣ ਦੀ, ਔਰ ਉਹ ਪ੍ਰਚਾਰ ਕਰ ਰਹੇ ਨੇ ਔਰ ਲੋਕਾਂ ਨੂੰ ਮਜਬੂਰੀ ਹੈ ਪ੍ਰਚਾਰ ਦੇ ਵਿੱਚ ਜਾਣ ਦੀ, ਪ੍ਰਧਾਨ ਮੰਤਰੀ ਆ ਰਹੇ ਨੇ, ਗ੍ਰਹਿ ਮੰਤਰੀ ਆ ਰਹੇ ਨੇ, ਸਟਾਰ ਪ੍ਰਚਾਰਕ ਆ ਰਹੇ ਨੇ, ਲੋਕੀ ਉਹਨਾਂ ਨੂੰ ਆਪਣੇ ਮਨਪਸੰਦ ਨੇਤਾਵਾਂ ਨੂੰ ਸੁਣਨ ਜਾ ਰਹੇ ਨੇ, ਪਰ ਉਹੀ ਅਹਿਤਿਆਤਾਂ ਜਿਹੜੀਆਂ ਨੇ ਉਹ ਜਿਹੜੀਆਂ ਨੇ ਉਹ ਵਰਤਣੀਆਂ ਪੈਣੀਆਂ ਨੇ। ਤੁਹਾਨੂੰ ਟੈਂਟ ਦੇ ਵਿੱਚ ਬਹਿਣਾ ਹੈ, ਤੁਸੀਂ ਡਾਇਰੈਕਟ ਸਨਲਾਈਟ ਤੋਂ ਬਚੋ, ਆਪਣੇ ਪਾਣੀ ਦੀ ਬੋਤਲ ਨਾਲ ਲੈ ਕੇ ਜਾਓ, ਆਪਣੇ ਆਪ ਨੂੰ ਢੱਕ ਕੇ ਜਾਓ ਤਾਂ ਕਿ ਤੁਸੀਂ ਡਾਇਰੈਕਟ ਤੋਂ ਬਚੋ ਔਰ ਸਿੱਧੀ ਲੂ ਤੋਂ ਜਿਹੜਾ ਹੈ ਉਹ ਬਚੋ। ਸੋ ਇਹ ਸਾਰੀਆਂ ਟਿਪਸ ਤੁਸੀਂ ਵੀ ਧਿਆਨ ਦੇ ਵਿੱਚ ਰੱਖ ਲਿਓ, ਡਾਕਟਰ ਨੇ ਤਾਂ ਦੱਸਤੀਆਂ ਨੇ ਸਾਰੀਆਂ ਟਿਪਸ, ਸੋ ਫੋਲੋ ਤੁਸੀਂ ਕਰਨੀਆਂ ਨੇ ਅਤੇ ਇਹਦੇ ਨਾਲ ਹੀ ਤੁਸੀਂ ਅਰੋੜਾ ਨਿਊਰੋ ਸੈਂਟਰ ਵੀ ਵਿਜ਼ਿਟ ਕਰ ਸਕਦੇ ਹੋ ਅਤੇ ਇੱਥੇ ਆ ਕੇ ਤੁਸੀਂ ਡਾਕਟਰ ਨਾਲ ਕੰਸਲਟ ਵੀ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਸਟ੍ਰੋਕ ਵਰਗੀ ਪ੍ਰੋਬਲਮ ਆਉਂਦੀ ਹੈ। ਅਤੇ ਹੋਰ ਅਪਡੇਟਸ ਸਾਡੇ ਨਾਲ ਜੁੜੇ ਰਹੋ ਅਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ। ਮੈਂ ਤਾਂ ਮਨਜੋਤ, ਕੈਮਰਾਮੈਨ ਵਿਪਨ ਬਸੀ ਦੇ ਨਾਲ।